ਆਪਾਂ ਨੂੰ ਥਰੈਸ਼ਰ ਦੀਆਂ 12 ਬੂਰਾਂ ਪਾਉਂਦਿਆਂ ਨੂੰ 10:30 ਵੱਜ ਗਏ ਸੀ। ਆਪਣੀਆਂ ਥਰੈਸ਼ਰ ਦੀਆਂ 12 ਦਾ ਕੰਮ ਨਿਬੜ ਗਿਆ ਸੀ ਅਤੇ ਹੁਣ ਪੀਟਰ ਚੈਨ ਦਾ ਕੰਮ ਕਰਨ ਲੱਗੇ ਹੋਏ ਨੇ ਮੁੰਡੇ। ਅੱਜ ਮਸ਼ੀਨਾਂ ਚੱਲਣ ਵਾਲਾ ਕੰਮ ਔਖਾ ਹੀ ਆ ਕਿਉਂਕਿ ਮੌਸਮ ਕੱਲ੍ਹ ਵਾਂਗੂ ਹੈ ਸੇਮ, ਕੋਈ ਕੋਈ ਕਣੀ ਗਿਰ ਰਹੀ ਆ ਅਤੇ ਉੱਪਰੋਂ ਬੱਦਲ ਆ। ਬਾਕੀ ਜਿਹੜੇ ਇਹਨਾਂ ਨੇ ਬਾਜਰੇ ਦੇ ਛਿੱਟਿਆਂ ਦੇ ਢੇਰ ਲਾਏ ਹੋਏ ਸੀ ਉਹ ਆਪਾਂ ਨੇ ਕੱਲ੍ਹ ਕੰਮ ਨਿਮੇੜਤਾ। ਰਾਤ ਚੈਨ 'ਚ ਪੱਥਰ ਚੜ੍ਹਨ ਨਾਲ ਇੱਕ ਤਾਂ ਆਹ ਵਾਰ ਦਾ ਹੋਇਆ ਕੰਮ। ਇਹੀ ਆ ਸੁੱਖੇ? ਠੀਕ ਆ ਠੀਕ ਆ। ਸੱਤੂ ਤੇਰੇ ਪੈਰਾਂ 'ਚ ਨੇ ਜਿਹੜੀਆਂ ਇਹ ਸਾਰੀਆਂ ਹੋਈਆਂ ਹੋਈਆਂ ਸਾਰੀਆਂ ਪੱਥਰ ਨੇ ਕਰੀਆਂ ਜੀ ਪਈਆਂ, ਪੱਥਰ ਚੜ ਗਿਆ ਸੀ ਕਿ ਠੀਕ ਵੀ ਜ਼ਿਆਦਾ ਵੱਡ ਰਹੇ ਤੇ ਡਿੱਗੇ ਹੋਏ ਸੀ ਬਾਜਰਾ ਹੀ ਜ਼ਿਆਦਾ। ਅੱਛਾ ਅੱਛਾ, ਉਹਦੇ ਕਰਕੇ ਪੱਥਰ ਚੜ ਗਏ। ਇਹ ਹੋ ਗਈਆਂ 4-5 ਹੋ ਗਈਆਂ ਇਹ। ਹਾਂ ਜੀ, 1, 2, 3, 4, 5, 6, 7 ਨੇ ਜੀ। ਹਾਂ ਖਾਸ ਹੀ ਹੋ ਗਈਆਂ। ਕਿਉਂ ਸੱਤੂ ਹੋ ਗਈ ਓਕੇ ਹੁਣ? ਹਾਂ ਜੀ ਓਕੇ। ਹੁਣ ਦੇਖਦੇ ਰੋਟੀ ਪਾਣੀ ਖਾਂਦੇ ਭਈ ਇਤਨੇ ਅੱਜ ਬੱਦਲ ਸੀ ਤੇ ਮਸ਼ੀਨਾਂ 'ਚ ਡੀਜ਼ਲ ਵੀ ਘੱਟ ਸੀ ਤੇ ਆਪਾਂ ਨੇ ਕਿਹਾ ਵੀ ਚਲੋ ਮਸ਼ੀਨਾਂ ਦੇ ਟੈਂਕ ਭਰਾ ਕੇ ਆਪਾਂ ਖੜਾ ਲੈਂਦੇ ਹਾਂ। ਜੇ ਬੰਦਾ ਆ ਗਿਆ ਧੁੱਪ ਧੱਪ ਚੜ੍ਹੇ ਫਿਰ ਚਲਾ ਦਾਂਗੇ, ਨਹੀਂ ਫਿਰ ਡੀਜ਼ਲ ਨੂੰ ਭੱਜਣਾ ਪਊਗਾ ਆਪਾਂ ਨੂੰ। ਦੋਹੇ ਮਸ਼ੀਨਾਂ ਪੰਪ 'ਤੇ ਲਿਆਂਦੀਆਂ ਅਤੇ ਇਹ 'ਚ ਡੀਜ਼ਲ ਪੈ ਰਿਹਾ, ਉਸ ਤੋਂ ਬਾਅਦ ਫਿਰ ਇਹ 'ਚ ਪਵਾਉਣਾ ਆਪਾਂ। ਆਪਣੀ ਵੱਡੀ ਮਸ਼ੀਨ 'ਚ 33,452 ਦਾ 334 ਲੀਟਰ ਡੀਜ਼ਲ ਆ ਗਿਆ। ਹੁਣ ਦੂਜੀ ਦਾ ਟੈਂਕ ਫੁੱਲ ਕਰਾਉਣਾ ਛੋਟੀ ਦਾ ਮਨਪ੍ਰੀਤ ਦਾ। ਚੱਲ ਵੀ ਤੂੰ ਮਾਰ ਸੈਲਫ ਬਈ। ਇਹ ਮਸ਼ੀਨ 'ਚ ਪਿਆ 29,200 ਦਾ 291.58 ਲੀਟਰ ਡੀਜ਼ਲ। ਇਹਦਾ ਟੈਂਕ ਵੀ ਫੁੱਲ ਹੋ ਗਿਆ ਅਤੇ ਦੂਜੀ ਮਸ਼ੀਨ ਦਾ ਵੀ ਟੈਂਕ ਫੁੱਲ ਹੋ ਗਿਆ। ਹੁਣ ਦੇਖਦੇ ਹਾਂ ਉੱਥੇ ਲਾਉਣ ਵਾਲੀ ਆ ਕੇ ਮਸ਼ੀਨਾਂ, ਜੇ ਕੋਈ ਵਾਢੀ ਵਾਲਾ ਤਾਂ ਵਾਢੀ ਕਰਾਂਗੇ। ਡੀਜ਼ਲ ਪਵਾਉਣ ਦਾ ਕਾਰਨ ਆਪਣਾ ਇਹੀ ਸੀ ਵੀ ਜੇ ਕਿਤੇ ਧੁੱਪ ਚੜ੍ਹੇ ਮਸ਼ੀਨਾਂ 'ਚ ਡੀਜ਼ਲ ਨਹੀਂ ਤੀ, ਫਿਰ ਆਪਾਂ ਨੂੰ ਡੀਜ਼ਲ ਪਵਾਉਣ ਆਉਣਾ ਪੈਂਦਾ, ਉੱਧਰੋਂ ਖੇਤ ਵਾਲਾ ਫਿਰ ਕੰਮ ਵਾਲਾ ਬੰਦਾ ਖੜ੍ਹਦਾ, ਤਾਂ ਕਰਕੇ ਆਪਣੇ ਟੈਂਕ ਡੀਜ਼ਲ ਦੇ ਫੁੱਲ ਕਰਾ ਕੇ ਖੜਾ ਲਈਆਂ। ਪਹਿਲਾਂ ਆਪਣੀ ਸਲਾਹ ਡੀਜ਼ਲ ਪਵਾ ਕੇ ਉਰੇ ਮਸ਼ੀਨਾਂ ਖੜਾਉਣ ਦੀ ਸੀ, ਪਰ ਹੁਣ ਆਪਾਂ ਨੂੰ ਆਪਣੀ ਮਲਕੀਤ ਮਸ਼ੀਨ ਕੋਲੋਂ ਫੋਨ ਆ ਗਿਆ, ਕਹਿੰਦੇ ਇੱਕ ਮਸ਼ੀਨ ਦੀ ਵਾਢੀ ਉਰੇ ਹੈਗੀ ਆ ਵੀ ਮਸ਼ੀਨ ਉਰੇ ਲਿਆਓ। ਹੁਣ ਆਪਾਂ ਵੱਡੀ ਮਸ਼ੀਨ ਆ ਜਿਹੜੀ ਆਪਣੀ, ਇਹਨੂੰ ਆਪਾਂ ਗਾਹਾਂ ਵਾਢੀ ਕਰਨ ਨੂੰ ਲੈ ਕੇ ਜਾਂਦੇ ਹਾਂ ਅਤੇ ਜਿਹੜੀ ਛੋਟੀ ਮਸ਼ੀਨ ਆ ਉਹਨੂੰ ਉਰੀ ਛੱਡ ਜਾਂਦੇ ਹਾਂ। ਜੇ ਧੁੱਪ ਚੜ੍ਹੀ ਪਿੱਛੋਂ ਕੋਈ ਬੰਦਾ ਆ ਗਿਆ ਤਾਂ ਉਰੇ ਵੱਢ ਲੈਣਗੇ। ਪਿੱਛੇ ਚੱਲ ਰਿਹਾ ਸਾਇਸ, ਉਹਨੂੰ ਸਕਰੀਨ 'ਤੇ ਨਾ ਦਿਖਦੀ ਹੋਵੇ ਫਿਰ ਉੱਥੇ ਸਟਾਰਟ ਕਰ ਦਿਆਂਗੇ। ਇਹ ਤਾਂ ਜ਼ਿਆਦਾ ਗੇੜਦੇ ਛੱਟੇ ਨਾ ਮਾਮੇ, ਲੈ ਕੇ ਆਉਣੀਆਂ ਪੈਣਗੀਆਂ ਫਿੰਗਰਾਂ ਜੀ, ਲਿਆਈਏ ਚੱਲ ਕੇ ਫਿਰ। ਚੱਲ ਫਿਰ ਤੂੰ ਐਂ ਲਾ ਲਈ ਵੀ ਆਪਣਾ ਵੀ 100% ਚੋਂ 10% ਠੀਕ ਹੈ, ਚੱਲ ਲੈ ਕੇ ਆਉਣਾ ਫਿਰ, ਚੱਲ ਆਪਾਂ ਚੱਲੀਏ। ਠੀਕ।
ਅਸੀਂ ਫਿੰਗਰਾਂ ਲੈ ਕੇ ਆਉਣੇ ਆ ਜੀ ਇਹਦੀਆਂ ਮਸ਼ੀਨ ਦੀਆਂ ਔਰ ਫਿੰਗਰਾਂ ਲਿਆਉਣੇ ਜੀ ਫਿੰਗਰਾਂ ਲਾ ਕੇ ਚੱਲੀ अपने फिंगर लिया फिंगर आपको पाइपा गहने जो अपने मक्की वास्ते तैयार कराए हुए हैं वह लिया हूँ लाने लाने तो बाद फिर मशीन स्टार्ट करा जी अपन मलकीत मशीन ये अपन दूजिया मशीनों 10-12 किलोमीटर साइड से आ जी बड़ी मशीन 51 इंची वह भी उरी आ बाजरा बढ़ना ही हुई आगे चल रही है तो वो को गिरया हुआ बाजरा बिना पाइपा की चली जाती है तो ये मशीन को खड़े बाजरे के ने 20-30 किले जिद करके अपन पाइप लाने पैणगे जी अपनी एक तीजी मशीन वो अज खड़ी आ उ मौसम नहीं ठीक हैगा फिंगर लग गया हूँ लीवर ला के देखते हैं मशीन का देख भाई लीवर ला के ला भाई ला लीवर ला बस ठीक है मशीन दे वो पाइप ला के स्टार्ट करती मशीन आ तो जी वाढ़ी हुई हुई है ये पाइपा नाल हुई हुई है उपरों तो जी आ वाढ़ी आ ये वाढ़ी हुई हुई अपनी बिना पाइपा तो जमी हेठों ये बाजरा खड़ा होया होने करके ये बच्चे छट्टे वाले गिरते सी एवें जिवें आ पैने तो फिर अपने मशीन रोक के पाइप ला दो हम पाइपा नाल वाढ़ी हो रही है तो आ वाढ़ी है हुण हुण कांकल कूंकल जिहड़े छट्टे छुट्टे ने घट गिरदे ने किवें आ भाई हुण सुखविंदर ओके आ की कहिंदा खेत वाला बाकी उह आ एवें वढ़ने नाल मशीन ते भी घट लोड पैंदा हां हां हुण इहदा अद्धा लोड आ भाई वाढ़ी भी दुगनी हो जांदी है ਪਾਣੀ ਆਵਾਂ ਮੈਂ ਤੁਹਾਡਾ ਇਹ ਖਾ ਲਓ ਠੀਕ ਹੈ ਜੀ ਤੇ ਅਸੀਂ ਚੱਲਦੇ ਹਾਂ ਫਿਰ ਦੁੱਧ ਲਿਆ ਜੀ ਹਾਂ ਦੁੱਧ ਬੱਚੇ ਆ ਗਰਮ ਕੀਤਾ ਹੋਇਆ ਠੀਕ ਹੈ ਰੋਟੀ ਖਾ ਕੇ ਪੀ ਲਿਓ